ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਦੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ ਅਤੇ ਇਸ ਵਾਰ ਪੁਲਿਸ ਦਾ ਚਰਚਾ 'ਚ ਆਉਣ ਦਾ ਕਾਰਨ ਹੈ ਪੁਲਿਸ ਮੁਲਾਜ਼ਮ ਵੱਲੋਂ ਘਰ ਦੇ ਅੱਗੇ ਖੜ੍ਹੀ ਕਾਰ ਦਾ ਸ਼ੀਸ਼ਾ ਭੰਨਣਾ। ਇਹ ਮਾਮਲਾ ਫਿਰੋਜ਼ਪੁਰ ਦੀ ਫਰੈਂਡਸ ਕਲੋਨੀ ਦਾ, ਜਿੱਥੇ ਰਾਤ ਦੇ ਸਮੇਂ ਪੁਲਿਸ ਮੁਲਾਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਕਰੀਨ 'ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਆਉਂਦਾ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਪਰ ਸ਼ਾਇਦ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਜੋ ਕਾਰਨਾਮਾ ਕਰ ਰਿਹਾ ਉਹ ਘਰ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਰਿਹਾ। ਉੱਧਰ ਕਲੋਨੀ ਦੇ ਲੋਕਾਂ ਦਾ ਕਹਿਣਾ ਕਿ ਮੁਲਾਜ਼ਮ ਥਾਣਾ ਸਦਰ 'ਚ ਬਤੌਰ ਹਵਲਦਾਰ ਤੈਨਾਤ ਹੈ ਅਤੇ ਇਸ ਦਾ ਨਾਮ ਸਰਬਜੀਤ ਸਿੰਘ ਹੈ। ਸਾਡੀ ਕਲੋਨੀ ਦੇ ਵਿੱਚ ਇੱਕ ਵਿਅਕਤੀ ਆਇਆ ਜੋ ਕਿ ਪੁਲਿਸ ਦੇ ਵਿੱਚ ਹਵਲਦਾਰ ਦੀ ਨੌਕਰੀ ਕਰਦਾ ਅਤੇ ਉਹ ਉਹਨੂੰ ਪਤਾ ਨਹੀਂ ਕੀ ਹੈ ਕਿ ਕੋਈ ਮੈਂਟਲੀ ਡਿਸਆਰਡਰ ਹੈ ਜਾਂ ਕੁਛ ਵੀ ਆ। ਉਹਨੇ ਗੱਡੀਆਂ ਲੋਕਾਂ ਦੀਆਂ ਭੰਨੀਆਂ ਸ਼ੁਰੂ ਕਰਤੀਆਂ। ਤਕਰੀਬਨ 12 ਤੋਂ 13 ਗੱਡੀਆਂ ਲੋਕਾਂ ਦੀਆਂ ਭੰਨੀਆਂ ਨੇ। ਮੇਰੀ ਗੱਡੀ ਬਾਹਰ ਫਾਰਚੂਨਰ ਖੜ੍ਹੀ ਸੀ, ਉਹ ਵੀ ਉਹਦਾ ਫਰੰਟ ਸ਼ੀਸ਼ਾ ਭੰਨਿਆ, ਜਿਸ ਦੀ CCTV ਫੁਟੇਜ ਹੈਗੀ ਹੈ ਮੇਰੇ ਕੋਲ, ਉਹ ਮੈਂ ਤੁਹਾਨੂੰ ਆਪ ਜੀ ਨੂੰ ਪ੍ਰੋਵਾਈਡ ਕਰਾ ਦਿਆਂਗਾ। ਮੇਰੀ ਸਰਕਾਰ ਤੋਂ ਇਹ ਮੰਗਾਂ ਵੀ ਇਹਦੇ ਵਿੱਚ ਇਸ ਬੰਦੇ ਤੋਂ ਵੈਪਨ ਸਰਕਾਰੀ ਵਾਪਸ ਲਿਆ ਜਾਵੇ, ਕਿਉਂਕਿ ਇਹਦੇ ਕੋਲ ਨਾਈਟ ਡਿਊਟੀ 'ਤੇ ਪਿਸਟਲ ਵੀ ਹੁੰਦਾ, ਕੱਲ੍ਹ ਨੂੰ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ, ਇਹਨੂੰ ਸਸਪੈਂਡ ਕਰਕੇ ਅਤੇ ਕਾਰਵਾਈ ਕੀਤੀ। ਜਦੋਂ ਇਸ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਫਸਰਾਂ ਦਾ ਕਹਿਣਾ ਸੀ ਕਿ ਹਵਲਦਾਰ ਸਰਬਜੀਤ ਸਿੰਘ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ, ਜਿਸ ਕਰਕੇ ਉਹ ਅਜਿਹਾ ਕਰ ਰਿਹਾ। ਪੁਲਿਸ ਅਫਸਰਾਂ ਨੇ ਤਾਂ ਇਸ ਮਾਮਲੇ 'ਚ ਆਪਣਾ ਪੱਲਾ ਝਾੜ ਲਿਆ, ਪਰ ਸਵਾਲ ਇਹ ਹੈ ਕਿ ਜੇਕਰ ਇਹ ਮੁਲਾਜ਼ਮ ਕਿਸੇ ਇਨਸਾਨ 'ਤੇ ਹਮਲਾ ਕਰਕੇ ਕੋਈ ਨੁਕਸਾਨ ਪਹੁੰਚਾ ਦਿੰਦਾ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।